ਲਓ ਜੀ ਹੋ ਗਏ ਲਾਈਵ ਅਸੀਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਆਪਣਾ ਵੀਰ ਸੁਖਮੀਨ ਉਬਰੋਏ ਫਾਸਟਵੇ ਇਮੀਗ੍ਰੇਸ਼ਨ ਤੋਂ ਅੱਜ ਤੋਂ ਅਸੀਂ ਲਾਈਵ ਸੈਸ਼ਨ ਸਟਾਰਟ ਕਰਨ ਜਾ ਰਹੇ ਹਾਂ ਕਿਉਂਕਿ ਕਾਫੀ ਕੁਐਸਚਨਸ ਕਾਫੀ ਕੁਐਰੀਜ਼ ਮਿਲਦੀਆਂ ਉਹ ਕੁਐਰੀਜ਼ ਮੇਜਰ ਇਹੀ ਹੋਈਆਂ ਕਿ ਟੂਰਿਸਟ ਵੀਜ਼ਾ ਅੱਜ ਆਪਾਂ ਡਿਸਕਸ਼ਨ ਵੀ ਜਿਹੜੀ ਹੈ ਟੂਰਿਸਟ ਵੀਜ਼ੇ ਬਾਰੇ ਜਾਣਕਾਰੀ ਲਵਾਂਗੇ ਸੋ ਉਹਦੇ ਵਿੱਚ ਕਾਫੀ ਕੁਐਸਚਨ ਹੁੰਦੇ ਕਈ ਲੋਕ ਐਡਸ ਦੇਖ ਕੇ ਗੁੰਮਰਾਹ ਹੋ ਜਾਂਦੇ ਹੈ ਜਿਨ੍ਹਾਂ ਕਰਕੇ ਉਹ ਆਪਣੇ ਟੂਰਿਸਟ ਵੀਜ਼ਾ ਕਰਕੇ ਬਹੁਤ ਪੈਸੇ ਖਰਾਬ ਕਰ ਲੈਂਦੇ ਹੈ ਕਿਹੜੀ ਕਿਹੜੀ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਟੂਰਿਸਟ ਵੀਜ਼ਾ ਖਾਸ ਕਰਕੇ ਜਦੋਂ ਅਪਲਾਈ ਕਰਨਾ ਹੁੰਦਾ ਆਪਾਂ ਥੋੜ੍ਹਾ ਵੇਟ ਕਰਾਂਗੇ ਤਾਂ ਕਿ ਹੋਰ ਦੋਸਤ ਜੁੜ ਸਕਣ ਔਰ ਲਾਈਵ ਕੁਐਸਚਨਸ ਦੇ ਆਪਾਂ ਟੂਰਿਸਟ ਵੀਜ਼ੇ ਦੇ ਰਿਗਾਰਡਿੰਗ ਅੱਜ ਗੱਲ ਕਰਾਂਗੇ ਅੱਜ ਸੈਸ਼ਨ ਜਿਹੜਾ ਹੈ ਉਹ ਟੂਰਿਸਟ ਵੀਜ਼ੇ ਦੇ ਹੈ ਨਵੇਂ ਜਿਨ੍ਹਾਂ ਨੇ ਫਰੈਸ਼ ਵੀਜ਼ਾ ਫਾਈਲਿੰਗ ਅਪਲਾਈ ਕਰਨੀ ਹੈ ਫਾਈਲ ਅਪਲਾਈ ਕਰਨੀ ਕਿਉਂਕਿ ਹੁਣ ਫੈਸਟੀਵਲ ਸੀਜ਼ਨ ਆ ਗਿਆ ਫੈਸਟੀਵਲ ਸੀਜ਼ਨ ਵੀ ਕਹਿ ਸਕਦੇ ਨਵਾਂ ਸਾਲ ਆ ਗਿਆ ਉਸ ਚੱਕਰ ਵਿੱਚ ਕਾਫੀ ਲੋਕ ਇੰਟਰਸਟਿਡ ਹਨ ਕਿ ਟੂਰਿਸਟ ਵਿੱਚ ਕਿੱਦਾਂ ਜਾਇਆ ਜਾ ਸਕਦਾ ਹੈ ਕਿਹੜੀ ਕਿਹੜੀ ਗੱਲਾਂ ਦਾ ਖਿਆਲ ਰੱਖਿਆ ਜਾਏ ਔਰ ਜੇ ਕਿਸੇ ਦੀ ਵੀਜ਼ਾ ਆਲਰੇਡੀ ਰਿਫਿਊਜ਼ ਹੈ ਤੇ ਕਿੰਨਾ ਚੀਜ਼ਾਂ ਦਾ ਖਿਆਲ ਰੱਖਿਆ ਜਾ ਸਕਦਾ ਹੈ ਔਰ ਕਿਹੜੀ ਕਿਹੜੀਆਂ ਚੀਜ਼ਾਂ ਨੂੰ ਸੁਧਾਰ ਕੇ ਦੁਬਾਰਾ ਅਪਲਾਈ ਕਰ ਸਕਦੇ ਹਾਂ ਅੱਜ ਉਹਦੇ ਬਾਰੇ ਡਿਸਕਸ ਕਰਾਂਗੇ ਹਜੇ ਤਿੰਨ ਚਾਰ ਲੋਕ ਜੁੜੇ ਹੈਗੇ ਵੇਟ ਕਰਾਂਗੇ ਕਿ ਆਪਾਂ ਹੋਰ ਲੋਕ ਜੁੜ ਜਾਣ ਤਾਂ ਕਿ ਆਪਾਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਅੱਜ ਆਪਾਂ ਰੂਬਰੂ ਹੋ ਸਕੀਏ ਸੋ ਅੱਜ ਮੇਨ ਜਿਹੜੀ ਡਿਸਕਸ਼ਨ ਹੋਏਗੀ ਆਪਾਂ ਟੂਰਿਸਟ ਵੀਜ਼ੇ ਬਾਰੇ ਡਿਸਕਸ਼ਨ ਕਰਾਂਗੇ ਸੋ ਉਹਦੇ ਲਈ ਆਪਾਂ ਥੋੜ੍ਹਾ ਇੰਤਜ਼ਾਰ ਕਰ ਰਹੇ ਹਾਂ ਕਿ ਹੋਰ ਲੋਕ ਜੁੜ ਜਾਣ ਔਰ ਫਿਰ ਆਪਾਂ ਸਟਾਰਟ ਕਰਦੇ ਹਾਂ ਕਿਸੇ ਦਾ ਵੀ ਕੋਈ ਲਾਈਵ ਕੁਐਸਚਨ ਹੋਏ ਕੋਈ ਵੀ ਚੀਜ਼ ਦੇ ਵਿੱਚ ਮਾਈਂਡ ਦੇ ਵਿੱਚ ਹੋਏ ਤਾਂ ਤੁਸੀਂ ਪੁੱਛ ਸਕਦੇ ਹੋ ਲਾਈਵ ਮੇਰੇ ਨਾਲ ਗੱਲ ਕਰ ਸਕਦੇ ਹੋ ਕਾਫੀ ਲੋਕਾਂ ਦਾ ਕੁਐਸਚਨ ਹੁੰਦਾ ਹੈ ਕਿ ਟੂਰਿਸਟ ਵੀਜ਼ਾ ਜਿਨ੍ਹਾਂ ਦੇ ਆਲਰੇਡੀ ਰਿਫਿਊਜ਼ ਹਨ ਉਹਨਾਂ ਨੂੰ ਕਿੱਦਾਂ ਵੀਜ਼ਾ ਮਿਲ ਜਾਂਦਾ ਤੁਸੀਂ ਸਾਡੇ ਸਾਰੇ ਸੋਸ਼ਲ ਨੈਟਵਰਕ 'ਤੇ ਹੈਗੇ ਹਾਂ ਅਸੀਂ ਸਾਰੇ ਸੋਸ਼ਲ ਨੈਟਵਰਕ ਦੇ ਵਿੱਚ ਫੇਸਬੁੱਕ ਯੂਟਿਊਬ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਾਫੀ ਐਸੇ ਲੋਕ ਹਨ ਜਿਨ੍ਹਾਂ ਦੇ ਵੀਜ਼ਾਸ ਤਿੰਨ ਤਿੰਨ ਚਾਰ ਚਾਰ ਵਾਰ ਰਿਫਿਊਜ਼ ਸੀ ਸਟਿਲ ਉਹਨਾਂ ਨੂੰ ਵੀਜ਼ਾ ਮਿਲ ਗਿਆ ਸੋ ਇਹ ਕੋਈ ਜਾਦੂ ਜਾਂ ਕੋਈ ਟੂਣਾ ਨਹੀਂ ਕਰਦੇ ਅਸੀਂ ਇੱਕ ਸਿੰਪਲ ਜੀ ਚੀਜ਼ ਇੱਕ ਟੈਕਨੋਲੋਜੀ ਹੈ ਉਸਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿਸ ਰੀਜ਼ਨ ਕਰਕੇ ਵੀਜ਼ਾ ਰਿਫਿਊਜ਼ ਹੋਇਆ ਉਹਦੇ ਉੱਤੇ ਕੰਮ ਕਰਦੇ ਹਾਂ ਉਹਦੇ ਬਾਰੇ ਅੱਜ ਅਸੀਂ ਸਾਰੀ ਡਿਸਕਸ਼ਨ ਕਰਨੀ ਹੈ ਸੋ ਮੇਨਲੀ ਆਪਾਂ ਹੋਰ ਇੱਕ ਦੋ ਮਿੰਟ ਹੋਰ ਵੇਟ ਕਰਦੇ ਹਾਂ ਕਿ ਹੋਰ ਅਗਰ ਕੁਛ ਲੋਕ ਜੁੜਦੇ ਆ ਤਾਂ ਆਪਾਂ ਲਾਈਵ ਡਿਸਕਸ਼ਨ ਕਰ ਸਕੀਏ ਲਾਈਵ ਡਿਸਕਸ਼ਨ ਦਾ ਅੱਜ ਕੱਲ੍ਹ ਇੱਕ ਟ੍ਰੈਂਡ ਜਿਹਾ ਚਾਲੂ ਹੋ ਗਿਆ ਕਿਉਂਕਿ ਬੈਸਟ ਹੁੰਦਾ ਕਿ ਲੋਕਾਂ ਨੂੰ ਕਮਿਊਨੀਕੇਸ਼ਨ ਕਰਨ ਲਈ ਸਭ ਤੋਂ ਬੈਸਟ ਪ੍ਰੋਸੈਸ ਇਹੀ ਹੈਗਾ ਕਿਉਂਕਿ ਅੱਜ ਕੱਲ੍ਹ ਫੇਸਬੁੱਕ ਹੋ ਗਿਆ ਯੂਟਿਊਬ ਹੋ ਗਿਆ ਇਹਦੇ ਵਿੱਚ ਲਾਈਵ ਡਿਸਕਸ਼ਨ ਕਰ ਸਕਦੇ ਕਿਉਂਕਿ ਕਈਆਂ ਨੂੰ ਇੱਕ ਕਰੋਸਟੀ ਰਹਿੰਦੀ ਹੈ ਕਿ ਪਤਾ ਨਹੀਂ ਆਫਿਸ ਵਿੱਚ ਜਾਵਾਂਗੇ ਤੇ ਪਤਾ ਨਹੀਂ ਓਨਰ ਮਿਲੇਗਾ ਕਿ ਨਹੀਂ ਮਿਲੇਗਾ ਲੇਕਿਨ ਮੈਂ ਦੱਸਣਾ ਚਾਹਾਂਗਾ ਕਿ ਜਦੋਂ ਵੀ ਤੁਸੀਂ ਫਾਸਟਵੇ ਇਮੀਗ੍ਰੇਸ਼ਨ ਕੋਲ ਆਉਂਦੇ ਹੋ ਤਾਂ ਮੈਂ ਪਰਸਨਲੀ ਜ਼ਰੂਰ ਮਿਲਾਂਗਾ ਤੁਹਾਨੂੰ ਤੁਸੀਂ ਆਉਣ ਤੋਂ ਪਹਿਲਾਂ ਅਪੁਆਇੰਟਮੈਂਟ ਲੈ ਸਕਦੇ ਕਾਲਸ ਲੈ ਕੇ ਅਪੁਆਇੰਟਮੈਂਟ ਲੈ ਕੇ ਤੁਸੀਂ ਵਿਜ਼ਿਟ ਕਰ ਲਓ ਤਾਂ ਮੇਰੀ ਕੋਸ਼ਿਸ਼ ਹੋਏਗੀ ਕਿ ਆਪਾਂ ਮਿਲੀਏ ਔਰ ਇਸ ਡਿਸਕਸ਼ਨ ਬਾਰੇ ਆਪਾਂ ਗੱਲ ਕਰ ਸਕਦੀ ਹੈ ਔਰ ਜੇ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਪਤਾ ਨਹੀਂ ਕਿਸੇ ਦਾ ਭਲਾ ਹੋ ਜਾਵੇ ਠੀਕ ਹੈ ਨਾ ਕਈ ਲੋਕ ਜਿਨ੍ਹਾਂ ਦੇ ਵੀਜ਼ਾਸ ਰਿਫਿਊਜ਼ ਹੁੰਦੇ ਆ ਉਹਨਾਂ ਦਾ ਕਿਧਰੇ ਇੱਕ ਭਲਾ ਹੋ ਜਾਵੇ ਰਾਈਟ ਸੋ ਮੇਨ ਅੱਜ ਆਪਾਂ ਸ਼ੁਰੂ ਕਰਾਂਗੇ ਗੱਲ ਕਰਦੇ ਹਾਂ ਟੂਰਿਸਟ ਵੀਜ਼ੇ ਬਾਰੇ ਕਿੰਨਾ ਚੀਜ਼ਾਂ ਦੇ ਮੇਨ ਜੋ ਮੇਨ ਮੁੱਦਾ ਸੀ ਕਿ ਥੋੜ੍ਹੇ ਦਿਨ ਪਹਿਲਾਂ ਨਿਊਜ਼ ਪੇਪਰ ਦੀ ਕਟਿੰਗਸ ਦੇਖਣ ਨੂੰ ਮਿਲੀਆਂ ਜਿਹਦੇ ਵਿੱਚ USA ਦੇ ਲੋਕ USA ਜਾਣ ਵਾਸਤੇ ਲੋਕ ਗਲਤ ਏਜੰਟਸ ਦੇ ਚੱਕਰਾਂ ਵਿੱਚ ਪੈ ਜਾਂਦੇ ਆ ਜਿਨ੍ਹਾਂ ਕਰਕੇ ਉਹ ਆਪਣੇ ਪੈਸੇ ਬਹੁਤ ਬਰਬਾਦ ਕਰ ਦਿੰਦੇ ਜਾਣ ਤਾਂ ਜਾਂਦੀ ਜਾਂਦੀ ਹੈ ਪਰ ਪੈਸੇ ਵੀ ਬਰਬਾਦ ਹੁੰਦੇ ਆ ਇਹ ਪਿੱਛੇ ਥੋੜ੍ਹੇ ਦਿਨ ਪਹਿਲਾਂ ਕਟਿੰਗਸ ਤੁਸੀਂ ਦੇਖੇ ਹੋਣਗੇ ਨਿਊਜ਼ ਪੇਪਰ ਦੇ ਵਿੱਚ ਕਿ 311 ਭਾਰਤੀ ਜਿਹਦੇ ਵਿੱਚ ਕਾਫੀ ਮਾਤਰਾ ਵਿੱਚ ਪੰਜਾਬੀ ਸੀ ਉਹ ਡਿਪੋਰਟ ਹੋਏ ਉੱਥੋਂ ਦੀ USA ਤੋਂ ਉਸ ਤੋਂ ਬਾਅਦ ਥੋੜ੍ਹੇ ਦਿਨ ਪਹਿਲਾਂ ਇੱਕ ਹੋਰ ਨਿਊਜ਼ ਆਈ ਕਿ 145 ਬੰਦੇ ਡਿਪੋਰਟ ਹੋਏ ਆ ਸੋ ਇਹ ਕਿਉਂ ਹੋ ਰਿਹਾ ਕਿਉਂਕਿ ਉਹ ਇਨਲੀਗਲ ਵੇ ਨਾਲ ਜਾਂਦੇ ਆ ਇਨਲੀਗਲ ਵੇ ਆਪਟ ਕਰਦੇ ਆ ਜੋ ਜਿਹਦੇ ਅਸੀਂ ਕਹਿੰਦੇ ਹਾਂ ਕਿ ਜਦ ਵੀਜ਼ਾ ਲੈਣਾ ਹੀ ਹੈ ਬੱਚਿਆਂ ਦੇ ਨਾਲ ਨਾਲ ਮਾਂ ਪਿਓ ਵੀ ਇਹ ਚੀਜ਼ ਸੋਚਦੇ ਨਹੀਂ ਹੈ ਕਿ ਉਹ ਇਨਲੀਗਲ ਐਕਟੀਵਿਟੀ ਇਨਲੀਗਲ ਤਰੀਕੇ ਨਾਲ ਟੂਰਿਸਟ ਵੀਜ਼ੇ 'ਤੇ ਜਾਣ ਦੀ ਕੋਸ਼ਿਸ਼ ਕਰਦੇ ਆ ਜਿਹਦੇ ਕਰਕੇ ਪੈਸੇ ਦੀ ਬਰਬਾਦੀ ਤਾਂ ਹੁੰਦੀ ਹੈ ਜਾਨ ਦੀ ਵੀ ਬਰਬਾਦੀ ਹੁੰਦੀ ਹੈ ਕਾਫੀ ਵੀਡੀਓਜ਼ ਮੈਂ ਦੇਖਦਾ ਸੀ ਯੂਟਿਊਬ ਦੇ ਵਿੱਚ ਕਿ ਯੂਟਿਊਬ ਦੇ ਵਿੱਚ ਵੀਡੀਓ ਦੇਖਿਆ ਕਿ USA ਬਾਰਡਰ ਮੈਕਸੀਕੋ ਤੋਂ ਕਿੱਦਾਂ ਲੈ ਕੇ ਜਾਂਦੇ ਆ ਲੋਕ ਹੋਰ ਕਈ ਤਰੀਕੇ ਨਾਲ ਹੈ ਮੈਂ ਇਹ ਰਿਕੁਐਸਟ ਕਰਾਂਗਾ ਕਿ ਜਦੋਂ ਵੀ ਟੂਰਿਸਟ ਵੀਜ਼ਾ ਅਪਲਾਈ ਕਰਨਾ ਹਮੇਸ਼ਾ ਲੀਗਲ ਤਰੀਕਾ ਹੀ ਅਪਣਾਓ ਆਪਾਂ ਸਾਨੂੰ ਮਾਣ ਹੋਣਾ ਚਾਹੀਦਾ ਕਿ ਆਪਾਂ ਪੰਜਾਬੀ ਹੈਗੇ ਹਾਂ ਸਾਨੂੰ ਮਾਣ ਹੋਣਾ ਚਾਹੀਦਾ ਅਸੀਂ ਭਾਰਤੀ ਆਪਾਂ ਹਿੰਦੁਸਤਾਨੀ ਹੈਗੇ ਹਾਂ ਸੋ ਸਾਨੂੰ ਇਸ ਤਰ੍ਹਾਂ ਦੇ ਨਹੀਂ ਆਪਣੇ ਮੁਲਕ 'ਚ ਤਾਂ ਬੈਠੇ ਹੋਏ ਹਾਂ ਨਾ ਆਪਾਂ ਸੋ ਅਗਰ ਇਸ ਚੀਜ਼ ਦੀ ਲੱਗਦੀ ਹੈ ਕਿ ਨਹੀਂ ਜਾਣਾ ਹੈ ਤਾਂ ਮੈਂ ਇਹੀ ਗੱਲ ਕਹਾਂਗਾ ਲੀਗਲ ਵੇ ਨੂੰ ਹੀ ਅਪਣਾਓ ਇਨਲੀਗਲ ਵੇ ਕਰਕੇ ਆਪਣੇ ਪੈਸੇ ਬਿਲਕੁਲ ਖਰਾਬ ਨਾ ਕਰੋ ਮੈਂ ਇਹੀ ਰਿਕੁਐਸਟ ਕਰਾਂਗਾ
ਸੋ ਟੂਰਿਸਟ ਵੀਜ਼ੇ ਦੀ ਆਪਾਂ ਗੱਲ ਕਰਦੇ ਹਾਂ ਕਿ ਅਕਸਰ ਆਪਾਂ ਐਡਵਰਟਾਈਜ਼ਮੈਂਟ ਦੇਖਦੇ ਹਾਂ ਕਿ ਕੋਈ ਲਿਖਦਾ 600 ਵੀਜ਼ੇ ਆ ਗਏ, ਕੋਈ ਕਹਿੰਦਾ ਇਸ ਮਹੀਨੇ 800 ਵੀਜ਼ੇ ਟੂਰਿਸਟ ਦੇ ਲੈ ਲਏ ਅਸੀਂ। ਲੇਕਿਨ ਮੈਂ ਇਹ ਗੱਲ ਕਹਾਂਗਾ ਕਿ ਉਹਨਾਂ ਦੀ ਵੀਡੀਓਜ਼ ਦੇ ਵਿੱਚ ਜਾਂ ਉਹਨਾਂ ਦੇ ਵੀਡੀਓ ਨੂੰ ਦੇਖ ਕੇ, ਈਵਨ ਮੈਂ ਆਪਣੀ ਕੰਪਨੀ ਦੀ ਵੀ ਗੱਲ ਕਰੀਏ ਤੇ ਸਾਡੀ ਵੀਡੀਓਜ਼ ਦੇਖ ਕੇ ਸਾਡੇ ਕੋਲ ਆ ਕੇ ਇਹ ਨਾ ਲਓ ਕਿ ਜੀ ਉਹਦਾ ਵੀਜ਼ਾ ਆ ਗਿਆ। ਅਕਸਰ ਮੇਰੇ ਕੋਲ ਕਲਾਇੰਟਸ ਆਉਂਦੇ ਆ ਤੇ ਇਹੀ ਗੱਲ ਕਹਿੰਦੇ ਆ ਕਿ ਸਰ ਉਹ ਫਲਾਣੇ ਦਾ ਵੀਜ਼ਾ ਤੁਸੀਂ ਕਰਾਇਆ ਸੀ ਤੇ ਉਹਦੇ 'ਚ ਕਿਹੜੇ ਕਿਹੜੇ ਡਾਕੂਮੈਂਟੇਸ਼ਨ ਤੁਸੀਂ ਲਾਈਆਂ। ਦੇਖੋ ਸਾਰਿਆਂ ਦੇ ਆਪਣੇ ਆਪਣੇ ਸਭ ਦੇ ਆਪਣੇ ਆਪਣੇ ਡਾਕੂਮੈਂਟੇਸ਼ਨ ਹੁੰਦੀਆਂ, ਸਭ ਦਾ ਆਪਣਾ ਕੈਟੇਗਰੀ ਹੁੰਦੀ ਹੈ। ਆਪਾਂ ਉਹਨਾਂ ਦੇ ਚੱਕਰ ਦੇ ਵਿੱਚ ਲਿਆ ਕੇ ਆਪਣੇ ਆਪ ਨੂੰ ਵੀਜ਼ਾ ਅਪਲਾਈ ਕਰ ਦਈਏ, ਇਹ ਚੀਜ਼ ਭਾਵੇਂ ਉਹ ਸਾਡੇ ਲਈ ਹੋਏ ਭਾਵੇਂ ਕਿਸੇ ਲਈ ਹੋਏ, ਕਦੀ ਵੀ ਲਾਈ ਲੱਗ ਹੋ ਕੇ ਵੀਜ਼ਾ ਅਪਲਾਈ ਨਾ ਕਰੋ, ਆਪਣੇ ਪੈਸੇ ਬਰਬਾਦ ਨਾ ਕਰੋ। ਏਜੰਟਸ ਬਦਲਣ ਨਾਲ ਜਾਂ ਕੰਪਨੀਆਂ ਬਦਲਣ ਦੇ ਨਾਲ ਵੀਜ਼ੇ ਨਹੀਂ ਮਿਲਦੇ, ਵੀਜ਼ੇ ਤੁਹਾਡੇ ਡਾਕੂਮੈਂਟੇਸ਼ਨ ਦੇ ਮੁਤਾਬਿਕ ਮਿਲਦੇ ਹੈ। ਇਹ ਕੋਈ ਡਾਕੂਮੈਂਟਸ ਅਗਰ ਤੁਹਾਡੇ ਠੀਕ ਹੈਗੇ ਤੇ ਤੁਹਾਨੂੰ ਵੀਜ਼ਾ ਮਿਲਦਾ ਹੈ। ਸੋ ਇਹਦੇ ਵਿੱਚ ਕੀ ਹੈ ਕਿ ਜਿਹੜਾ ਵੀ ਬੰਦਾ, ਅਸੀਂ ਫਾਈਲਿੰਗ ਕਰਦੇ ਨੂੰ ਸਾਨੂੰ 12 ਸਾਲ ਹੋ ਗਏ ਇਸ ਕੰਮ ਦੇ ਵਿੱਚ, 12 ਸਾਲ ਦੇ ਵਿੱਚ ਪੰਜਾਬ ਲਾਇਸੈਂਸ ਸ਼ੁਦਾ ਕੰਪਨੀ ਹੈ ਸਾਡੀ, ਲੀਗਲ ਸਲਾਹ ਦਿੰਦੇ ਹਾਂ। ਔਰ ਸਭ ਤੋਂ ਵੱਡੀ ਗੱਲ ਹੈ ਕਿ ਟੂਰਿਸਟ ਵੀਜ਼ਾ ਪਿਛਲੇ 12 ਸਾਲਾਂ ਤੋਂ ਅਸੀਂ ਸਾਡੀ ਫਾਈਲਿੰਗ ਫੀਸ ਸਿਰਫ 5,000 ਹੀ ਰਹੀ ਹੈ। ਅਸੀਂ 5,000 ਦੇ ਵਿੱਚ ਸਿਰਫ ਫਾਈਲਿੰਗ ਚਾਰਜ ਕਰਦੇ ਹਾਂ, ਜੋ 5,000 ਰੁਪਏ ਤੋਂ ਇਲਾਵਾ ਕਿਹੜੇ ਕਿਹੜੇ ਡਾਕੂਮੈਂਟਸ ਹੈ, ਕਿਹੜੀ ਕਿਹੜੀ ਚੀਜ਼ਾਂ ਲੱਗਦੀਆਂ, ਕਿਉਂ ਹੋਟਲਸ ਦੀ ਲੋੜ ਪੈਂਦੀ ਹੈ, ਕਿਉਂ ਹੋਲੀਡੇ ਪੈਕੇਜ ਦੀ ਲੋੜ ਪੈਂਦੀ ਹੈ, ਕਾਫੀ ਇਹਦੇ ਵਿੱਚ ਕੁਐਰੀਜ਼ ਹੁੰਦੀਆਂ। ਸੋ ਅੱਜ ਦਾ ਲਾਈਵ ਸੈਸ਼ਨ ਹੈਗਾ, ਲਾਈਵ ਸੈਸ਼ਨ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਅਗਰ ਆਪਾਂ ਸਟਾਰਟ ਕਰਦੇ ਹਾਂ ਕਿ ਟੂਰਿਸਟ ਵੀਜ਼ਾ ਕਿਹੜਾ, ਕਿਹੜੀ ਕਿਹੜੀ ਗੱਲਾਂ, ਕੌਣ ਕੌਣ ਬੰਦਾ ਟੂਰਿਸਟ ਵੀਜ਼ਾ ਅਪਲਾਈ ਕਰ ਸਕਦਾ, ਕੀ ਉਹਦੇ ਲਈ ਕੀ ਏਜ ਹੁੰਦੀ ਹੈ। ਇਹਦੇ ਵਿੱਚ ਦੇਖੋ ਏਜ ਕੈਟੇਗਰੀ ਜ਼ਿਆਦਾ ਮੈਟਰ ਨਹੀਂ ਕਰਦੀ ਹੈ, ਮੈਟਰ ਕਰਦੀ ਹੈ ਤੁਹਾਡੇ ਡਾਕੂਮੈਂਟੇਸ਼ਨ। ਛੋਟਾ ਬੱਚੇ ਤੋਂ ਲੈ ਕੇ ਵੱਡੇ ਤੱਕ ਕੋਈ ਵੀ ਬੰਦਾ ਟੂਰਿਸਟ ਵੀਜ਼ਾ ਅਪਲਾਈ ਕਰ ਸਕਦਾ, ਇਹਦੇ ਵਿੱਚ ਕੋਈ ਡਰ ਕੋਈ ਰਿਸਕ ਨਹੀਂ ਹੁੰਦਾ। ਮੇਨ ਡਾਕੂਮੈਂਟੇਸ਼ਨ ਦੀ ਗੱਲ ਕਰੀਏ ਕਿ ਕਿੰਨਾ ਬੈਲੈਂਸ, ਕਿੰਨਾ ਰਿਕੁਆਇਰਮੈਂਟ ਹੁੰਦੀ ਹੈ ਬੈਲੈਂਸ ਦੀ ਜਦੋਂ ਅਸੀਂ ਅਪਲਾਈ ਕਰਦੇ ਹਾਂ, ਕੀ ਉਹ ਕਿਸ ਸਿਸਟਮ ਨਾਲ ਕਰ ਸਕਦੇ ਹਾਂ। ਇਹਦੇ ਵਿੱਚ ਸਭ ਤੋਂ ਬੈਸਟ ਪ੍ਰੋਸੈਸ ਕੀ ਹੁੰਦਾ ਕਿ ਤੁਹਾਡੇ ਅਗਰ ਬੰਦਾ ਇੱਕ ਅਪਲਾਈ ਕਰਦਾ, ਅਗਰ ਸਿੰਗਲ ਪਰਸਨ ਹੈ ਤਾਂ ਅਸੀਂ ਐਵਰੇਜ ਇਹ ਦੇਖਦੇ ਹੁੰਦੇ ਹਾਂ ਕਿ ਆਪਾਂ ਪੂਰਾ ਲਿਵਿੰਗ ਐਕਸਪੈਂਸ ਉਹਦਾ ਕਿੰਨਾ ਪੈ ਰਿਹਾ ਹੈਗਾ। ਜਦੋਂ ਬੰਦਾ ਫਲਾਈ ਕਰ ਰਿਹਾ, ਉਹਦੀ ਟਿਕਟ ਜੋੜਦੇ ਆ, ਉਹਦੇ ਅਕਾਊਂਟ 'ਚ ਪੈਸੇ ਕਿੰਨੇ ਆ, ਉਹਦੇ ਕੋਲ ਨਾਲ ਕਿੰਨੇ ਕੈਰੀ ਕਰਨ ਲਈ ਪੈਸੇ ਹੈਗੇ, ਤੇ ਇੱਕ ਐਵਰੇਜ ਲੈ ਕੇ ਚੱਲਦੇ ਹੁੰਦੇ ਆ ਕਿ ਤਕਰੀਬਨ 3.5-4 ਲੱਖ ਰੁਪਏ ਦੇ ਕਰੀਬ ਸਿੰਗਲ ਪਰਸਨ ਅਗਰ ਹੈਗਾ ਜੇ ਕੋਈ ਅਪਲਾਈ ਕਰਨਾ ਚਾਹ ਰਿਹਾ, ਉਹ 3-4 ਲੱਖ ਰੁਪਏ ਆਪਣੇ ਅਕਾਊਂਟ ਵਿੱਚ ਦਿਖਾਏ। ਜੇ 4 ਲੱਖ ਅਕਾਊਂਟ ਵਿੱਚ ਅਸੀਂ ਦਿਖਾਉਂਦੇ ਹਾਂ ਤਾਂ ਸਾਡਾ ਪਰਪਸ ਹੱਲ ਹੋ ਜਾਂਦਾ ਹੈਗਾ। ਹੁਣ ਦੂਸਰੀ ਗੱਲ ਆਉਂਦੀ ਹੈ ਕਿ ਉਹ ਸਿਰਫ 4 ਲੱਖ ਰੁਪਏ ਅਕਾਊਂਟ ਦਿਖਾਉਣ ਨਾਲ ਉਹਦਾ ਵੀਜ਼ਾ ਆ ਜਾਏਗਾ, ਨਹੀਂ। ਉਹਦਾ ਇਹ ਦੇਖਦੇ, ਜਦੋਂ ਵੀ ਅਸੀਂ ਆਪਾਂ ਅੰਬੈਸੀ ਅਪਲਾਈ ਕਰਦੇ ਨਾ, ਅੰਬੈਸੀ ਇਹ ਜਾਣਨਾ ਚਾਹੁੰਦੀ ਹੁੰਦੀ ਕਿ ਜਿਹੜਾ ਸ਼ਖਸ ਇੱਥੋਂ ਦੀ ਫਲਾਈ ਕਰਨ ਜਾ ਰਿਹਾ ਉਹ ਪਿੱਛੇ ਉਹਦਾ ਕੀ ਰੀਜ਼ਨ ਹੈ ਕਿ ਬੰਦਾ ਵਾਪਿਸ ਆਏਗਾ, ਉਹਦੇ ਇੱਥੇ ਫੈਮਿਲੀ ਟਾਈਜ਼ ਕੀ ਹੈਗੇ, ਠੀਕ ਹੈ, ਕੀ ਰੀਜ਼ਨ ਹੈ ਕਿ ਉਹ, ਇਹ ਤਾਂ ਨਹੀਂ ਹੈ ਕਿ ਇੱਥੋਂ ਦੀ ਜਾਏਗਾ ਉੱਥੇ ਜਾ ਕੇ ਕੰਮ ਕਰਨ ਲਈ ਜਾ ਰਿਹਾ। ਸੋ ਬੈਸਟ ਕੀ ਹੁੰਦਾ ਕਿ ਟੂਰਿਸਟ ਵੀਜ਼ਾ ਦੇ ਵਿੱਚ ਅਗਰ ਆਪਾਂ ਗੱਲ ਕਰੀਏ, ਮੇਜਰ ਜਿਹੜੀ ਚੀਜ਼ਾਂ ਹੁੰਦੀਆਂ ਕਿ ਟੂਰਿਸਟ ਵੀਜ਼ਾ ਲਈ ਆਪਾਂ ਕਿਸੇ ਵੀ ਕੰਟਰੀ ਵਿੱਚ ਤੁਸੀਂ ਅਪਲਾਈ ਕਰਦੇ ਹੋ, US ਹੋ ਗਿਆ, ਕੈਨੇਡਾ ਹੋ ਗਿਆ, ਆਸਟ੍ਰੇਲੀਆ ਹੋ ਗਿਆ, ਐਨਜ਼ਡ ਹੋ ਗਿਆ, UK ਹੋ ਗਿਆ ਜਾਂ ਯੂਰਪ ਹੋ ਗਿਆ, ਕਿਸੇ ਵੀ ਕੰਟਰੀ ਦੇ ਵਿੱਚ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰਦੇ ਹੋ, ਸਭ ਤੋਂ ਮੇਜਰ ਜਿਹੜੇ ਚੀਜ਼ਾਂ ਹੁੰਦੀਆਂ ਕਿ ਤੁਹਾਡੀ ਬੈਂਕ ਸਟੇਟਮੈਂਟ, ਬੈਲੈਂਸ ਸਰਟੀਫਿਕੇਟ, ਉਸ ਤੋਂ ਇਲਾਵਾ ਤੁਹਾਡੀ ਅਗਰ ਤੁਸੀਂ ਕਿਧਰੇ ਜੋਬ ਕਰ ਰਹੇ ਹੋ ਤਾਂ ਜੋਬ ਦੀ NOC ਲੈਟਰ ਹੋ ਗਈ, ਤੁਹਾਡੀ ਅਪੋਇੰਟਮੈਂਟ ਲੈਟਰ ਹੈਗੀ ਹੈ ਉਹ ਲਗਾ ਸਕਦੇ ਹੋ, ਉਸ ਤੋਂ ਇਲਾਵਾ ਤੁਹਾਡੀ ITRs ਹੁੰਦੀਆਂ, ਇਨਕਮ ਟੈਕਸ ਹੋ ਗਈਆਂ ਤੁਹਾਡੀਆਂ, ਠੀਕ ਹੈ। ਜੇ ਕੋਈ ਫਾਰਮਰ ਹੈ ਤਾਂ ਜੇ ਫਾਰਮ ਹੈ, ਕਿੰਨੇ ਕਿੱਲੇ ਜ਼ਮੀਨ ਹੈ ਇਹ ਮੈਟਰ ਕਰਦੀ ਹੈ। ਜੇ ਫਾਰਮ ਕਿਹਦੇ ਨਾਮ 'ਤੇ, ਅਕਸਰ ਬੱਚੇ ਆਉਂਦੇ ਸਾਡੇ ਕੋਲ ਜਿਹੜੇ 20-21 ਸਾਲ ਦੇ ਹੁੰਦੇ, ਅਸੀਂ ਉਹਨਾਂ ਨੂੰ ਆਉਂਦੇ ਸਰ ਮੈਂ ਜਿਵੇਂ ਕਾਉਂਸਲਿੰਗ 'ਚ ਕਰਦੇ ਹਾਂ ਤਾਂ ਆਪਾਂ ਇੱਕ ਗੱਲ ਪੁੱਛਦੇ ਹਾਂ ਕਿ ਹਾਂਜੀ ਕੀ ਕੰਮ ਕਰਦੇ ਹੋ, ਤਾਂ ਉਹਨਾਂ ਦਾ ਇੱਕੋ ਹੀ ਪੈਟ ਡਾਇਲੋਗ ਹੁੰਦਾ ਹੈ ਜੀ ਐਗਰੀਕਲਚਰ ਦਾ ਕਰਦੇ ਹਾਂ। 20-21 ਸਾਲ ਦੇ ਬੱਚੇ ਹੁੰਦੇ ਆ, ਲੇਕਿਨ ਉਹ ਕਹਿ ਦਿੰਦੇ ਕਿ ਜੀ ਅਸੀਂ ਐਗਰੀਕਲਚਰ ਦਾ ਕੰਮ ਕਰ ਰਹੇ ਹਾਂ। ਤੇ ਜਦੋਂ ਜਿਵੇਂ ਉਹਨਾਂ ਪੁੱਛਦਾ ਕਿ ਜੀ ਐਗਰੀਕਲਚਰ 'ਚ ਜੇ ਫਾਰਮ ਕਿਹਦੇ ਨਾਂ 'ਤੇ, ਫਰਦਾ ਕਿਹਦੇ ਨਾਂ 'ਤੇ ਹੈ, ਤਾਂ ਉਹ ਕਹਿੰਦੇ ਜੀ ਉਹਦੇ ਪਾਪਾ ਦੇ ਨਾਮ 'ਤੇ ਹੈ। ਸੋ ਇਹ ਬੜਾ ਈਜ਼ੀ ਟਾਸਕ ਹੁੰਦਾ, ਇਹ ਨਹੀਂ ਹੈ। ਉਹਦੇ ਵਿੱਚ ਕੀ ਹੁੰਦਾ ਕਿ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਹਾਂ, ਆਪਾਂ ਪੇਰੈਂਟਸ ਦੇ ਨਾਲ ਅਪਲਾਈ ਕਰ ਸਕਦੇ, ਕਿ ਜੇ 20-21 ਸਾਲ ਦੇ ਬੱਚੇ ਹੈ ਤਾਂ ਇਹ ਅੰਡਰਸਟੂਡ ਹੈ ਕਿ ਉਹ ਕੰਮ ਨਹੀਂ ਕਰ ਰਹੇ, ਜਾਂ ਤਾਂ ਉਹ ਸਟੱਡੀ ਕਰ ਰਹੇ ਸੀ ਜਾਂ ਸਟੱਡੀ ਨਹੀਂ ਕਰ ਰਹੇ ਤਾਂ ਉਹ ਕੰਮ ਕਰ ਰਹੇ ਹੈ। ਸੋ ਦੋਨਾਂ 'ਚੋਂ ਕੋਈ ਕੈਵਿਡੈਂਸ ਉਹ ਪਰੂਫ ਲਗਾ ਕੇ ਆਪਾਂ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਹਾਂ। ਸੋ ਟੂਰਿਸਟ ਵੀਜ਼ਾ ਦੀ ਹੋਰ ਕਾਫੀ ਡਿਸਕਸ਼ਨ ਹੁੰਦੀਆਂ, ਕਈ ਕਈ ਚੀਜ਼ਾਂ ਜੇ ਕਿਸੇ ਨੂੰ ਲਾਈਵ ਕੁਐਸਚਨਸ ਮਾਈਂਡ ਦੇ ਵਿੱਚ ਆਉਣ ਤਾਂ ਤੁਸੀਂ ਪੁੱਛ ਸਕਦੇ ਹੋ, ਆ ਕੇ ਮਿਲੋ। ਕੋਈ ਵੀ ਚੀਜ਼ ਲੱਗਦੀ ਹੈ ਕਿ ਤੁਹਾਨੂੰ ਕੰਫਰਟੇਬਲ ਨਹੀਂ ਹੈ, ਕਿਸੇ ਦਾ ਵੀਜ਼ਾ ਰਿਫਿਊਜ਼ ਹੈ, ਆਪਾਂ ਅਕਸਰ ਦੇਖਦੇ ਹਾਂ ਕਿ ਜੇ ਕਿਸੇ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ, ਕੈਨੇਡਾ ਰਿਫਿਊਜ਼ ਹੋ ਗਿਆ, ਉਹ ਇੱਕੋ ਵਾਰੀ 'ਚ ਕੈਨੇਡਾ ਨੂੰ 4 ਵਾਰ ਦੁਬਾਰਾ ਅਪਲਾਈ ਕਰ ਦਿੰਦਾ ਕਿ ਏਜੰਟ ਬਦਲ ਬਦਲ ਕੇ ਲਗਾ ਦਿੰਦਾ ਕਿ ਸ਼ਾਇਦ ਇੱਦਾਂ ਜਿਹੜੇ ਵੀਜ਼ਾ ਆ ਜਾਏ। ਅਸੀਂ ਇਹ ਨਹੀਂ ਦੇਖਦੇ ਕਿ ਉਹਦੀ 'ਚ ਗਲਤੀਆਂ ਕੀ ਹੋਈਆਂ, ਕਿਸ ਰੀਜ਼ਨ ਕਰਕੇ ਉਹ ਵੀਜ਼ਾ ਰਿਫਿਊਜ਼ ਹੋਇਆ। ਜੇ ਉਹ ਚੀਜ਼ਾਂ ਅਗਰ ਆਪਾਂ ਦੇਖ ਲੈਂਦੇ ਹਾਂ
ਉਹਦੇ ਉੱਤੇ ਵਰਕਆਊਟ ਕਰਦੇ ਆ। ਕਈ ਵਾਰ ਨੋਰਮਲ ਛੋਟੀ ਛੋਟੀ ਚੀਜ਼ਾਂ, ਕਈ ਵਾਰ ਅਕਸਰ ਅਸੀਂ ਨੋਟ ਕਰਦੇ ਹਾਂ ਕਿ ਕਈ ਵਾਰ ਫਾਰਮ ਦੇ ਵਿੱਚ ਬਹੁਤ ਗਲਤੀਆਂ ਦੇਖਣ ਨੂੰ ਮਿਲਦੀਆਂ। ਉਹ ਭੇਡ ਚਾਲ ਹੁੰਦੀ ਹੈ ਕਿ ਲਾਈ ਲੱਗ ਹੋ ਕੇ ਕਿਸੇ ਦੀ ਵੀਡੀਓ ਦੇਖਦੇ ਹਾਂ, ਕਿਸੇ ਦੀ ਨਿਊਜ਼ ਪੇਪਰ 'ਚ ਐਡ ਦੇਖ ਲੈਂਦੇ ਹਾਂ, ਸਾਨੂੰ ਲੱਗਦਾ ਲੈ ਇਹ ਵੀਜ਼ੇ ਲਵਾਉਂਦੇ ਆ, ਸ਼ਾਇਦ ਇਹਨਾਂ ਦੇ ਥਰੂ ਸਾਡਾ ਵੀਜ਼ਾ ਲੱਗ ਜਾਏਗਾ। ਸੋ ਆਪਾਂ ਉਹਦੇ ਬਜਾਏ ਕਰਨ ਦੇ ਆਪਾਂ ਪਹਿਲਾਂ ਇਹ ਦੇਖੀਏ ਕਿ ਉਹਦੀ ਗਲਤੀਆਂ ਕਿਹੜੀ ਕਿਹੜੀਆਂ ਹੋਈਆਂ। ਫਾਸਟਵੇ ਇਮੀਗ੍ਰੇਸ਼ਨ 12 ਸਾਲ ਤੋਂ ਇਹੀ ਚੀਜ਼ ਕੋਸ਼ਿਸ਼ ਕਰਦੀ ਹੈ ਕਿ ਜੋ ਜੀ ਆਏ ਸੋ ਰਾਜ਼ੀ ਜਾਏ, ਜਿਹੜਾ ਵੀ ਆਏ ਉਹਦਾ ਘੱਟ ਤੋਂ ਘੱਟ ਵੀਜ਼ਾ ਜ਼ਰੂਰ ਲੱਗ ਜਾਏ, ਜੇ ਉਹ ਵੀ ਨਹੀਂ ਲੱਗਦਾ ਤਾਂ ਉਹਨੂੰ ਡਿਪਰੈਸ ਨਾ ਹੋਏ, ਤਾਂ ਕਿ ਬੰਦਾ ਕੋਸ਼ਿਸ਼ ਕਰੇ, ਕਿਉਂਕਿ ਜਾਦੂ ਟੂਣਾ ਨਹੀਂ ਹੈਗਾ, ਡਿਸੀਜ਼ਨ ਜਿਹੜਾ ਹੁੰਦਾ ਉਹ ਅੰਬੈਸੀ ਨੇ ਆਪ ਦੇਣਾ ਹੁੰਦਾ, ਰਾਈਟ। ਸੋ ਕੋਸ਼ਿਸ਼ ਕਰੋ ਫਾਈਲ ਜਦੋਂ ਵੀ ਅਪਲਾਈ ਕਰਦੇ ਹੋ, ਖਾਸ ਕਰਕੇ ਵੀਜ਼ਾ ਰਿਫਿਊਜ਼ ਹੈ ਤਾਂ ਉਹਦੇ ਪਿੱਛੇ ਰੀਜ਼ਨ ਦੇਖੋ, ਰਿਫਿਊਜ਼ਲ ਦਾ ਕੀ ਰੀਜ਼ਨ ਬਣਦਾ। ਕਈ ਵਾਰ ਹੁੰਦਾ ਅਕਸਰ ਰਿਫਿਊਜ਼ਲ ਸਭ ਦੀਆਂ ਸੇਮ ਹੁੰਦੀ ਹੈ, ਲੇਕਿਨ ਰਿਫਿਊਜ਼ਲ ਦੇਖੇ ਬਿਨਾ ਆਪਾਂ ਦੁਬਾਰਾ ਅਪਲਾਈ ਕਰ ਦਿੰਦੇ ਹਾਂ, ਦੁਬਾਰਾ ਉਹੀ ਰਿਫਿਊਜ਼ਲ ਦੁਬਾਰਾ ਆ ਜਾਂਦੀ ਹੈ। ਅਕਸਰ ਕੀ ਹੁੰਦਾ ਕਿ ਜੇ ਕੋਈ ਕੈਨੇਡਾ ਘੁੰਮਣ ਜਾਣਾ ਚਾਹ ਰਿਹਾ, ਕੈਨੇਡਾ ਦੇ ਵਿੱਚ ਆਪਾਂ ਗੱਲ ਕਰੀਏ ਕਿ ਕਿਹੜੀ ਕਿਹੜੀ ਚੀਜ਼ਾਂ ਆਪਾਂ ਗੱਲ ਕਰਦੇ ਹਾਂ, ਜੇ ਸਪੋਜ਼ ਕੈਨੇਡਾ ਅਪਲਾਈ ਕਰ ਰਹੇ ਹਾਂ, ਅਕਸਰ ਲੋਕ ਕਹਿੰਦੇ ਜੀ ਟੂਰਿਸਟ ਵੀਜ਼ਾ ਅਪਲਾਈ ਕਰਨਾ ਹੈ, ਕੀ ਉਹਦੇ ਲਈ ਰਾਹਦਾਰੀ ਦੀ ਲੋੜ ਹੈਗੀ ਹੈ, ਸਪੋਂਸਰਸ਼ਿਪ ਦੀ ਲੋੜ ਹੈਗੀ ਹੈ। ਮੈਂ ਨਾ ਇੱਕੋ ਹੀ ਚੀਜ਼ ਮੈਂ ਗੱਲ ਤੁਹਾਨੂੰ ਗਾਈਡ ਕਰਾਂਗਾ, ਬੜਾ ਸਿੰਪਲ ਸੋਬਰ ਹੈਗਾ, ਉਹ ਕੀ ਹੈਗਾ ਕਿ ਅਗਰ ਜੇਕਰ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹ ਰਹੇ ਹੋ, ਤਾਂ ਅਗਰ ਤੁਹਾਡਾ ਕੋਈ ਖੂਨ ਦਾ ਰਿਸ਼ਤਾ, ਬਲੱਡ ਰਿਲੇਸ਼ਨ ਹੈਗਾ, ਭਰਾ ਭਰਾ ਨੂੰ ਬੁਲਾ ਸਕਦਾ ਹੈ, ਮਾਂ ਪਿਓ ਭਰਾ ਨੂੰ ਬੁਲਾ ਸਕਦੇ, ਹੁਣ ਅਕਸਰ ਕਹਿੰਦੇ ਆਪਾਂ ਫਰੈਂਡਸ ਬੁਲਾਉਣਾ ਚਾਹੁੰਦ ਕਿ ਫਰੈਂਡਸ ਬੁਲਾ ਨਹੀਂ ਸਕਦੇ, ਬਿਲਕੁਲ ਬੁਲਾ ਸਕਦੇ ਸਰ, ਲੇਕਿਨ ਇਹਦੇ ਵਿੱਚ ਇੱਕ ਸਿੰਪਲ ਜੀ ਗੱਲ ਹੈ, ਜ਼ਿਆਦਾ ਰੇਸ਼ੋ ਵੀਜ਼ਾ ਦੀ ਹੁੰਦੀ ਹੈ, ਉਹ ਹਮੇਸ਼ਾ ਜ਼ਿਆਦਾ ਤੋਂ ਜ਼ਿਆਦਾ ਰੇਸ਼ਾ ਬਲੱਡ ਰਿਲੇਸ਼ਨ ਦੇ ਵਿੱਚ ਹੁੰਦੀ ਹੈ, ਕਿ ਖੂਨ ਦਾ ਰਿਸ਼ਤਾ ਹੈ। ਕਿਉਂ ਕਹਿੰਦੇ ਆ, ਜੇਕਰ ਤੁਸੀਂ ਪਹਿਲੀ ਵਾਰੀ ਅਪਲਾਈ ਕਰਤਾ ਔਰ ਵੀਜ਼ਾ ਲੱਗ ਜਾਏ ਤਾਂ ਬਹੁਤ ਅੱਛੀ ਗੱਲ ਹੈ, ਲੱਗਣਾ ਚਾਹੀਦਾ, ਪਰ ਇਨ ਕੇਸ ਵੀਜ਼ਾ ਨਹੀਂ ਲੱਗਿਆ, ਉਸ ਵੇਲੇ ਕੀ ਕਰਾਂਗੇ ਆਪਾਂ? ਉਸ ਵੇਲੇ ਕੀ ਹੁੰਦਾ, ਇੱਕ ਵਾਰ ਜਿਹਦੇ ਕੋਲ ਰਾਹਦਾਰੀ ਮੰਗਾਈ ਹੈ, ਕਿਉਂਕਿ ਅਕਸਰ ਮੈਂ ਸੁਣ ਪਿਆ ਕੁਛ ਕੁਛ ਲੋਕ ਆਪਣੇ ਟਰੈਵਲ ਏਜੰਟਸ ਦੇ ਨਾਲ ਜੁੜ ਜਾਂਦੇ, ਕੁਛ ਨੈਗੇਟਿਵ ਜਿਹਨਾਂ ਨੋਨ ਲਾਇਸੈਂਸ ਹੁੰਦੇ ਆ, ਉਹ ਕਹਿੰਦੇ ਜੀ ਆਫਟਰ ਵੀਜ਼ਾ ਜੀ ਸਾਡੇ ਕੋਲ ਵੀਜ਼ਾ ਲਵਾ ਲਓ, ਆਪਾਂ 25 ਲੱਖ ਰੁਪਇਆ ਲਵਾਂਗੇ ਜੀ ਵੀਜ਼ਾ ਲੱਗਣ ਤੋਂ ਬਾਅਦ ਦੇਵਾਂਗੇ। ਟੂਰਿਸਟ ਵੀਜ਼ਾ ਲਈ 10 ਤੋਂ 12 ਹਜ਼ਾਰ ਰੁਪਇਆ ਅੰਬੈਸੀ ਦੀ ਫੀਸ ਲੱਗਦੀ ਹੈ, ਸਾਡੀ ਪਰਸਨਲ ਫੀਸ 5 ਹਜ਼ਾਰ ਰੁਪਇਆ ਹੁੰਦੀ ਹੈ, ਹੋਟਲ ਬੁਕਿੰਗ ਔਰ ਹੋਲੀਡੇ ਪੈਕੇਜ 20 ਲਗਾ ਕੇ ਤੁਸੀਂ ਅਪਲਾਈ ਕਰ ਸਕਦੇ, ਤੁਹਾਨੂੰ ਰਾਹਦਾਰੀ ਦੀ ਲੋੜ ਨਹੀਂ ਹੁੰਦੀ ਜੇ ਤੁਹਾਡਾ ਰਿਸ਼ਤਾ ਖੂਨ ਦਾ ਨਹੀਂ ਹੈ। ਜ਼ਰੂਰੀ ਨਹੀਂ ਹੈ ਕਿ ਤੁਹਾਡਾ ਰਿਸ਼ਤੇਦਾਰ ਹੈ, ਜੇ ਆਪਾਂ ਦੋਸਤਾਂ ਦੀ ਗੱਲ ਕਰੀਏ, ਤੁਸੀਂ ਦੋਸਤਾਂ ਦੇ ਕੋਲੋਂ ਸਪੋਂਸਰਸ਼ਿਪ ਮੰਗਾ ਲਈ, ਸਪੋਂਸਰਸ਼ਿਪ ਮੰਗਾਉਣ ਤੋਂ ਬਾਅਦ ਵੀਜ਼ਾ ਲੱਗ ਗਿਆ ਤਾਂ ਬਹੁਤ ਅੱਛੀ ਗੱਲ ਹੈ, ਪਰ ਜੇ ਵੀਜ਼ਾ ਨਹੀਂ ਲੱਗਿਆ ਅਗਲੀ ਵਾਰ ਤੁਹਾਨੂੰ ਉਹਦੀ ਫਿਰ ਮਿਹਨਤ ਕਰਨੀ ਪੈਣੀ, ਕਿਉਂਕਿ ਤੁਸੀਂ ਆਪਣਾ ਰਿਕਾਰਡ ਅੰਬੈਸੀ ਦੇ ਵਿੱਚ ਪਾਤਾ ਕਿ ਇਹ ਸ਼ਖਸ ਮੈਨੂੰ ਜਾਣਦਾ ਜਿਹਦੇ ਕੋਲ ਜਾ ਕੇ ਰਹਿਣਾ ਚਾਹ ਰਿਹਾ। ਅਕਸਰ ਨੋਟਿਸ ਜਾਂਦਾ ਉਸ ਵਕਤ ਜਦੋਂ ਤੁਸੀਂ ਨੈਕਸਟ ਟਾਈਮ ਅਪਲਾਈ ਕਰਨਾ ਹੁੰਦਾ, ਨੈਕਸਟ ਟਾਈਮ ਜਦੋਂ ਤੁਸੀਂ ਅਪਲਾਈ ਕਰਨਾ ਹੁੰਦਾ ਤਾਂ ਉਹ ਆਪਾਂ ਕਹਿੰਦੇ ਹਾਂ ਕਿ ਉਹ ਬੰਦਾ ਜਿਹੜਾ ਰਾਹਦਾਰੀ ਜਿਹਦੇ ਥਰੂ ਲਵਾਈ ਸੀ, ਉਹ ਬੰਦਾ ਹੁਣ ਨੋਟਿਸ 'ਚ ਨਹੀਂ ਹੈ ਜਾਂ ਉਹਦਾ ਕੰਟੈਕਟ ਨਹੀਂ ਹੈ, ਕਿਉਂਕਿ ਉਹ ਆਪਾਂ ਕਿਸੇ ਏਜੰਟ ਦੇ ਹੱਥੇ ਚੜ੍ਹ ਕੇ ਕਹਿ ਲਓ ਦੇ ਦਿੰਦੇ ਆ, ਹੈ ਨਾ। ਬਾਅਦ ਵਿੱਚ ਅਸੀਂ ਪਛਤਾਨੇ ਕਿ ਯਾਰ ਸਾਨੂੰ ਇਹ ਨਹੀਂ ਪਤਾ ਸੀ ਕਿ ਕਿਹੜਾ ਦੋਸਤ ਸੀ। ਅਕਸਰ ਪੁੱਛਦੇ ਆ ਜੀ ਕਿਵੇਂ ਜਾਣਦੇ ਸੀ ਜੀ, ਉਹ ਪਿੰਡ ਦੇ ਵਿੱਚੋਂ ਕਿਸੇ ਹੋਰ ਸੱਜਣ ਹੈਗੇ ਸੀ, ਉਹਨਾਂ ਦਾ ਬੇਟਾ ਬਾਹਰ ਸੀ, ਉਹਨਾਂ ਨੇ ਅੱਗੋਂ ਤੇ ਕਿਸੇ ਨੇ ਸਪੋਂਸਰਸ਼ਿਪ ਘੱਲਤੀ ਹੈ ਅਤੇ ਮੈਂ ਉਹ ਹੀ ਲਾਤੀ ਸੀ ਨਾ, ਸਾਨੂੰ ਉਹਦੀ ਬਾਇਓਗ੍ਰਾਫੀ ਹੈ। ਕਿਸ ਤਰ੍ਹਾਂ ਅਗਰ ਤੁਸੀਂ ਫਰੈਂਡਸ ਸਰਕਲ ਦੇ ਵਿੱਚ ਵੀ ਅਗਰ ਤੁਸੀਂ ਸਪੋਂਸਰ ਮੰਗਾ ਰਹੇ ਹੋ, ਪਹਿਲੇ ਤੁਹਾਡੇ ਟਾਈਜ਼ ਦੇਖਦੇ ਕਿ ਇਹ ਬੰਦਾ ਤੁਹਾਡਾ ਵਾਕਫ ਕਿਸ ਤਰ੍ਹਾਂ ਹੈਗਾ, ਕਿਉਂਕਿ ਅੰਬੈਸੀ ਬਹੁਤ ਜਾਣੂ ਹੈ, ਅੰਬੈਸੀ ਜਾਣਕਾਰ ਰੱਖਦੀ ਹੈ, ਪੂਰੀ ਜਾਣਕਾਰੀ ਹੁੰਦੀ ਹੈ ਉਹਨੂੰ ਕਿ ਤੁਸੀਂ ਤੁਹਾਡਾ ਮਕਸਦ ਜਾਣ ਦਾ ਕੀ ਹੈਗਾ। ਮੇਨਲੀ ਗੱਲ ਜਿਹੜੀ ਹੈ ਕਿ ਅਗਰ ਸੈਕਿੰਡ ਟਾਈਮ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ, ਰਿਫਿਊਜ਼ਲ ਤੋਂ ਬਾਅਦ ਤੁਸੀਂ ਉਹ ਰਾਹਦਾਰੀ ਦੁਬਾਰਾ ਮੰਗਾਉਣ ਦੀ ਕੋਸ਼ਿਸ਼ ਕੀਤੀ ਔਰ ਤੁਹਾਨੂੰ ਉਹ ਹੀ ਨਹੀਂ ਪਤਾ ਕਿ ਰਾਹਦਾਰੀ ਲਾਇਆ ਕੀ ਸੀ, ਰਾਹਦਾਰੀ ਵਿੱਚ ਕੌਣ ਸ਼ਖਸ ਸੀ ਜਿਹਨੇ ਤੁਹਾਨੂੰ ਸਪੋਂਸਰ ਕੀਤੇ ਸੀ ਦੋਸਤਾਂ ਦੇ ਵਿੱਚ, ਤਾਂ ਉਹ ਅਗਲੀ ਵਾਰ ਉਹ ਸਪੋਂਸਰ ਪਤਾ ਨਹੀਂ ਭੇਜੇਗਾ ਕਿ ਨਹੀਂ ਭੇਜੇਗਾ, ਕਿਉਂਕਿ ਹਰ ਸਪੋਂਸਰਸ਼ਿਪ ਦੇ ਵੀ ਉਹਨੂੰ ਕੁਝ ਚਾਰਜਸ ਪੈ ਰਹੇ ਆ, $200, $250, $300, $500 ਵੀ ਡਿਪੈਂਡ ਕਰਦਾ ਅਗਲਾ ਖਰਚ ਕੇ ਤੁਹਾਨੂੰ ਰਾਹਦਾਰੀ ਭੇਜ ਰਿਹਾ। ਅਗਲੀ ਵਾਰ ਉਹ ਅਗਰ ਰਿਫਿਊਜ਼ ਕਰ ਦਿੰਦਾ ਕਿ ਮੈਂ ਨਹੀਂ ਭੇਜ ਰਿਹਾ, ਨੈਕਸਟ ਟਾਈਮ ਤੁਸੀਂ ਪਲਾਨ ਬਣਾਉਂਦੇ ਹੋ ਕਿ ਚਲੋ ਇਸ ਵਾਰੀ ਨਾ ਸਾਰੀ ਗੱਲਾਂ ਛੱਡੋ, ਅਸੀਂ ਹੋਟਲ ਬੁਕਿੰਗ ਦੇ ਉੱਤੇ ਜਾਂ ਹੋਲੀਡੇ ਪੈਕੇਜ ਲਗਾ ਕੇ ਅਪਲਾਈ ਕਰ ਦਿੰਦੇ ਹਾਂ। ਹੋਟਲ ਬੁਕਿੰਗ ਔਰ ਹੋਲੀਡੇ ਪੈਕੇਜ ਦੇ ਵਿੱਚ ਜਦੋਂ ਤੁਸੀਂ ਅਪਲਾਈ ਕਰਦੇ ਹੋ, ਅੰਬੈਸੀ ਕਹਿੰਦੀ ਬਾਕੀ ਤਾਂ ਸਭ ਠੀਕ ਹੈ, ਉਹ ਜਿਹੜਾ ਸ਼ਖਸ ਪਹਿਲਾਂ ਲਾਇਆ ਸੀ ਜਿਹਨੂੰ ਤੁਸੀਂ ਕਹਿੰਦੇ ਹੋ ਸਪੋਂਸਰਸ਼ਿਪ ਲਾਈ ਸੀ, ਉਹ ਕਿੱਥੇ ਹੈ? ਕਿਉਂਕਿ ਉਹ ਤੁਹਾਡਾ ਬਲੱਡ ਰਿਲੇਸ਼ਨ 'ਚ ਨਹੀਂ ਸੀ, ਤੁਸੀਂ ਉਹਨੂੰ ਜਾਣਦੇ ਨਹੀਂ ਸੀ, ਤੁਸੀਂ ਸਿਰਫ ਉਹਨੂੰ ਯੂਜ਼ ਕੀਤਾ, ਤਾਂ ਵੀਜ਼ਾ ਤੁਹਾਡਾ ਦੁਬਾਰਾ ਰਿਫਿਊਜ਼ ਹੋ ਜਾਂਦਾ ਹੈ। ਉਹੀ ਗਲਤੀ ਆਪਾਂ 2, 3, 4, 5 ਵਾਰ ਕਰ ਦਿੰਦੇ ਹਾਂ, ਕਿਉਂਕਿ ਅੰਬੈਸੀ ਇਹ ਦੇਖਦੀ ਕਿ ਪੈਸਾ ਖਰਚਣ ਆ ਰਹੇ ਸੀ ਤੁਸੀਂ ਕਿ ਪੈਸਾ ਖਰਚਾਉਣ ਆ ਰਹੇ ਸੀ। ਜੇ ਤਾਂ ਪੈਸਾ ਖਰਚਣ ਆ ਰਿਹਾ ਤਾਂ ਜੀ ਆਇਆਂ ਨੂੰ ਹੈ, ਪਰ ਜੇ ਖਰਚਾਉਣ ਆ ਰਿਹਾ ਤਾਂ ਫਿਰ ਥੋੜਾ ਡਾਊਟਫੁਲ ਹੋ ਜਾਂਦਾ। ਇਸ ਲਈ ਸਪੋਂਸਰਸ਼ਿਪ ਦੇ ਅਕਸਰ ਕੁਸ਼ਚਨ ਮਿਲਦੇ ਆ ਕਿ ਅਗਰ ਸਪੋਂਸਰਸ਼ਿਪ ਹੈਗੀ ਹੈ ਤਾਂ ਸਰ ਮੈਂ ਕੀ ਕਰ ਸਕਦਾ, ਸਪੋਂਸਰਸ਼ਿਪ ਅਗਰ ਲਾਵਾਂਗੇ ਤਾਂ ਕੀ ਵੀਜ਼ਾ ਆ ਸਕਦਾ? ਸਪੋਂਸਰ ਲਾਣੀ ਜ਼ਰੂਰੀ ਹੁੰਦੀ ਹੈ, ਸਾਨੂੰ ਪਤਾ ਜੀ ਹੋਟਲਸ ਦੇ ਬੁਕਿੰਗ 'ਤੇ ਵੀਜ਼ੇ ਨਹੀਂ ਆਉਂਦੇ, ਇਹ ਸਿਰਫ ਭਰਮ ਹੈਗੇ ਆ। ਅਗਰ ਬਲੱਡ ਰਿਲੇਸ਼ਨ ਵਿੱਚ ਤੁਹਾਡੀ ਸਪੋਂਸਰਸ਼ਿਪ ਹੈਗੀ ਹੈ
ਤੁਹਾਡਾ ਇੱਥੇ ਬਿਜ਼ਨਸ, ਤੁਹਾਡੀ ਇੱਥੇ ਜੌਬ ਜਾਂ ਤੁਹਾਡੀ ਖੇਤੀਬਾੜੀ ਤੁਸੀਂ ਕਰ ਰਹੇ ਹੋ, ਤੁਹਾਡੇ ਅੱਛੇ ਅੱਛੀ ਤਰ੍ਹਾਂ ਤੁਹਾਡੀ ਆਮਦਨੀ ਸਾਲ ਦੀ ਤੁਹਾਡੀ ਇਨਕਮ ਦੇ ਮੁਤਾਬਿਕ ਇਕੁਅਲ ਹੈਗੀ ਹੈ, ਤੁਸੀਂ ITR ਭਰ ਰਹੇ ਹੋ, ਅਗਰ 5 ਲੱਖ ਰੁਪਏ ਸਾਲਾਨਾ ਤੁਹਾਡੀ ਇਨਕਮ ਹੈਗੀ ਹੈ ਤੇ 5 ਲੱਖ ਤੁਹਾਡੇ ਕੋਲ ਅਕਾਊਂਟ ਵਿੱਚ ਹੈਗਾ, ਤਾਂ ਇਹਦਾ ਮਤਲਬ ਤੁਹਾਨੂੰ ਵੀਜ਼ਾ ਲੱਗਣ ਦੀ ਰੇਸ਼ੋ ਜ਼ਿਆਦਾ ਹੈਗੀ ਹੈ। ਨੋਰਮਲੀ ਕੀ ਹੁੰਦਾ, ਨਿਲ ਅਕਾਊਂਟ ਦੀ ਆਪਾਂ ਇਨਕਮ ਟੈਕਸ ਭਰਿਆ ਹੁੰਦਾ, ITR 2.5 ਲੱਖ ਰੁਪਏ ਦੀ ਭਰੀ ਹੁੰਦੀ ਹੈ, ਇਨਕਮ ਅਸੀਂ 10 ਲੱਖ ਜਾਂ 12 ਲੱਖ ਰੁਪਏ ਆਪਣੇ ਬੈਂਕ ਅਕਾਊਂਟ ਦੇ ਵਿੱਚ ਦਿਖਾ ਦਿੰਦੇ ਹਾਂ, ਸੋ ਉਹ ਝੂਠ ਹੋ ਜਾਂਦਾ। ਇਸੇ ਰੀਜ਼ਨ ਕਰਕੇ ਵੀਜ਼ਾ ਰਿਫਿਊਜ਼ ਹੋਣ ਦੇ ਚਾਂਸਿਸ ਜ਼ਿਆਦਾ ਹੋ ਜਾਂਦੇ ਆ। ਸੈਕਿੰਡ, ਇਹ ਸੈਕਿੰਡ ਚੀਜ਼ ਹੋ ਗਈ। ਫਸਟ ਜਿਹੜੀ ਮੈਂ ਤੁਹਾਨੂੰ ਦੱਸਤੀ ਕਿ ਸਪੋਂਸਰਸ਼ਿਪ, ਜੇ ਬਲੱਡ ਰਿਲੇਸ਼ਨ 'ਚ ਹੈ ਤਾਂ ਮੰਗਾਓ। ਹੁਣ ਕਈ ਹੋਰ, ਮੈਂ ਬੜੀ ਦੇਰ ਤੋਂ ਇਹ ਵਾਲਾ ਵੀਡੀਓ ਦੇਖ ਰਿਹਾ ਸੀ ਲੋਕਾਂ ਦੀ, ਉਹਦੇ ਵਿੱਚ ਕਹਿ ਰਹੇ ਸੀ ਕਿ ਜੀ ਖੇਤੀਬਾੜੀ ਦੇ ਜਿਹੜੇ ਫਾਰਮਰ ਦਾ ਕੰਮ ਕਰ ਰਹੇ ਆ, ਖੇਤੀਬਾੜੀ ਦੇ ਵਿੱਚ ਉਹ ਨੋਰਮਲੀ ਕਹਿ ਦਿੰਦੇ ਜੀ, ਕੁਛ ਏਜੰਸੀਸ ਦਾ ਮੈਂ ਦੇਖਿਆ ਵੀਡੀਓਜ਼ ਦੇਖ ਰਿਹਾ ਸੀ ਕਿ ਤੁਹਾਨੂੰ ਖੇਤੀਬਾੜੀ ਦਾ ਉੱਥੋਂ ਇਨਵੀਟੇਸ਼ਨ ਭੇਜਾਂਗੇ, ਇਹ ਸਭ ਪੈਸੇ ਕਮਾਉਣ ਦੇ ਤਰੀਕੇ ਬਣਾਏ ਹੋਏ ਆ, ਇਸ ਇਹਨਾਂ ਚੀਜ਼ਾਂ ਤੋਂ ਬਚਣਾ ਪਏਗਾ। ਇੱਕ ਸਿੰਪਲ ਜੀ ਗੱਲ ਹੈ, ਕੋਈ ਕਹਿੰਦਾ ਜੀ ਅਸੀਂ ਐਗਜੀਬਿਸ਼ਨ ਤੋਂ ਇਨਵੀਟੇਸ਼ਨ ਮੰਗਾਵਾਂਗੇ ਤੇ ਤੁਹਾਡਾ ਵੀਜ਼ਾ ਆ ਜਾਏਗਾ, ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ, ਇਸ ਵੇਲੇ ਵੀਜ਼ੇ ਲੱਗ ਰਹੇ ਹੈ। ਇੱਕ ਸਿੰਪਲ ਜੀ ਗੱਲ ਹੈ, ਇੰਡੀਆ ਦੇ ਵਿੱਚ ਕਿਹੜੀ ਕਿਹੜੀ ਜਗ੍ਹਾ ਤੇ ਆਪਾਂ ਐਗਜੀਬਿਸ਼ਨ ਤੇ ਗਏ ਹਾਂ, ਫੋਰਨ ਦੇ ਵਿੱਚ ਵੱਡੀ ਕੰਟਰੀ ਦੇ ਅਪਲਾਈ ਕਰਨ ਤੋਂ ਪਹਿਲਾਂ ਕਿਹੜੀ ਕੰਟਰੀਜ਼ ਤੇ ਗਿਆ ਹੈ, ਤੁਸੀਂ ਮੇਰੇ ਤੋਂ ਵਧੀਆ ਜਾਣਦੇ ਹੋ। ਸੋ ਇਹ ਸਭ ਝੂਠ ਦੀਆਂ ਗੱਲਾਂ। ਦੂਸਰੀ ਚੀਜ਼ਾਂ ਆਉਂਦੀ ਹੈ, ਫੋਰਥ ਪੁਆਇੰਟ ਦੀ ਗੱਲ ਕਰੀਏ, ਚੌਥੀ ਗੱਲ ਐਵੇਂ ਹੈ ਕਿ ਲੋਕ ਕਹਿੰਦੇ ਜੀ ਬਰਥਡੇ ਹੈ ਜੀ, ਜਨਮ ਦਿਨ, ਮੇਰੇ ਭਰਾ ਦੇ ਬੇਟੇ ਦਾ ਜਨਮ ਦਿਨ ਹੈ, ਉਹਨਾਂ ਨੇ ਮੈਨੂੰ ਬੁਲਾਇਆ ਹੈ ਤੇ ਮੈਂ ਬਰਥਡੇ ਤੇ ਜਾਣਾ ਚਾਹੁੰਦਾ, ਇਹ ਸਭ ਗੱਲਾਂ ਬਾਤਾਂ। ਇੱਕ ਸਿੰਪਲ ਜੀ ਗੱਲ ਮੈਂ ਸਭ ਨੂੰ ਅਕਸਰ ਕਹਿੰਦਾ ਵਾ, ਹਮੇਸ਼ਾ ਕਾਉਂਸਲਿੰਗ 'ਚ ਇਹ ਗੱਲ ਕਰਦਾ ਹੁੰਦਾ ਕਿ ਜਨਮ ਦਿਨ ਤੇ ਤੁਸੀਂ ਅਗਰ ਤੁਹਾਡੇ ਬ੍ਰਦਰ ਦੇ ਬੇਟੇ ਦਾ ਜਨਮ ਦਿਨ ਹੈਗਾ ਕੈਨੇਡਾ ਦੇ ਵਿੱਚ, ਉਹਨੇ ਤੁਹਾਨੂੰ ਇਨਵਾਈਟ ਕਰਨਾ ਹੈ, ਤੁਸੀਂ ਉਹ ਇਨਵੀਟੇਸ਼ਨ ਲੈ ਕੇ ਅਪਲਾਈ ਕਰਦੇ ਹੋ, ਇੱਕ ਸਿੰਪਲ ਜਿਹਾ ਗੱਲ ਹੈ। ਅਗਰ ਉਹੀ ਜਨਮ ਦਿਨ ਇੰਡੀਆ ਵਿੱਚ ਮਨਾਉਣਾ ਹੋਏ ਔਰ ਇੰਡੀਆ ਵਿੱਚ ਮਨਾਉਣ ਵੇਲੇ ਤੁਸੀਂ ਇੱਕ ਗੱਲ, ਸਿੰਪਲ ਜਿਹੀ ਗੱਲ ਦੱਸਣਾ ਕਿ ਉਹਨੂੰ ਸ਼ਗਨ ਕਿੰਨਾ ਪਾਓਗੇ ਤੁਸੀਂ, ਮੇਰੇ ਤੋਂ ਬੈਟਰ ਜਾਣਦੇ ਹੋ। ਜੋ ਅਕਸਰ ਮੈਂ ਲੋਕਾਂ ਨੂੰ ਪੁੱਛਦਾ ਤੇ ਅੱਗੋ ਹੱਸ ਪੈਂਦੇ, ਸਰ ਸ਼ਗਨ ਕਿੰਨਾ ਪਾਵਾਂਗੇ, ਹਿੰਮਤ ਕਰਕੇ ਗੱਲ ਕਰਦੇ ਜੀ, 5,000, 10,000, 15,000, 20,000। ਸਭ ਇਹ ਗੱਲਾਂ ਕਹਿਣ ਦੀ ਗੱਲ ਹੈ, 20,000 ਰੁਪਏ ਸ਼ਗਨ ਪਾਉਣਾ, ਮੈਂ ਕਹਿੰਦਾ ਬਹੁਤ ਅੱਛੀ ਗੱਲ ਹੈ, ਮੈਂ ਕਹਿੰਦਾ 1,00,000 ਰੁਪਏ ਵੀ ਪਾ ਸਕਦੇ ਹੋ। ਲੇਕਿਨ ਜਦ ਅਸੀਂ ਉਹੀ ਜਨਮ ਦਿਨ ਮਨਾਉਣ ਲਈ ਅਸੀਂ ਕਹਿੰਦੇ ਹਾਂ ਕਿ ਅਸੀਂ ਕੈਨੇਡਾ ਜਾਵਾਂਗੇ, ਤਾਂ ਝੂਠ ਹੋ ਜਾਂਦਾ, ਕਿਉਂਕਿ ਅੰਬੈਸੀ ਇਹ ਦੇਖਦੀ ਹੈ ਕਿ ਜਨਮ ਦਿਨ ਮਨਾਉਣ ਵਾਸਤੇ ਤੁਸੀਂ 6 ਲੱਖ 7 ਲੱਖ ਖਰਚ ਕੇ ਉੱਥੇ ਪਹੁੰਚੋਗੇ, ਹੈ ਨਾ, 6-7 ਲੱਖ ਖਰਚ ਕੇ ਜਾ ਰਹੇ ਹੋ, ਮਤਲਬ ਇੱਕ ਜਨਮ ਦਿਨ ਮਨਾਉਣ ਲਈ, ਤਾਂ ਇਹ ਝੂਠ ਹੁੰਦਾ। ਉਹਦੇ ਵਾਸਤੇ ਇੱਕ ਬੈਸਟ ਪ੍ਰੋਸੈਸ ਕੀ ਹੁੰਦਾ, ਤੁਹਾਡਾ ਰਿਸ਼ਤਾ ਖੂਨ ਦਾ ਹੈਗਾ, ਇਨਵਾਈਟ ਕਰਦੇ ਹੋ, ਤੁਸੀਂ ਅੰਬੈਸੀ ਨੂੰ ਇਹ ਦੱਸਦੇ ਹੋ ਕਿ ਅਸੀਂ ਇੱਥੇ ਕਰਨ ਕੀ ਆ ਰਹੇ ਹਾਂ, ਸਾਡਾ ਮਕਸਦ ਕੀ ਹੈ। ਕਿਉਂਕਿ ਟੂਰਿਜ਼ਮ ਬੋਰਡ ਦਾ ਕਨਸੈਪਟ ਕੀ ਹੁੰਦਾ ਕਿ ਤੁਸੀਂ ਪੈਸਾ ਖਰਚਣ ਆ ਰਹੇ ਹੋ, ਤੁਸੀਂ ਟੂਰਿਸਟ ਹੈਗੇ, ਤੁਸੀਂ ਘੁੰਮਣ ਆ ਰਹੇ ਹੋ। ਵਿਜ਼ਟਰ ਵੀਜ਼ਾ 'ਚ ਹਮੇਸ਼ਾ ਇਹ ਗੱਲ ਦਾ ਖਿਆਲ ਰੱਖੋ ਕਿ ਜਨਮ ਦਿਨ ਤੇ ਵੀਜ਼ੇ ਨਹੀਂ ਆਉਂਦੇ। ਅਗਰ ਸੋਚੋ ਵੀਜ਼ੇ ਦੀ ਗੱਲ ਕਰੀਏ ਤੇ 10-15% ਬੰਦਿਆਂ ਦੇ ਵੀਜ਼ਾ ਆਉਂਦਾ, ਕਿਉਂਕਿ ਇਹਦੇ ਵਿੱਚ ਬੜਾ ਕਲੀਅਰ ਹੁੰਦਾ, ਕਿਉਂਕਿ ਸਪੋਂਸਰਸ਼ਿਪ 'ਚ ਅਕਸਰ ਇਹ ਲਿਖਿਆ ਹੁੰਦਾ ਇਹ ਜਨਮ ਦਿਨ ਮਨਾਉਣ ਲਈ ਅਸੀਂ ਇਨਵਾਈਟ ਕਰ ਰਹੇ ਹਾਂ, ਇਹਦਾ ਰਹਿਣ ਦਾ, ਇਹਦਾ ਖਾਣ ਦਾ ਖਰਚਾ ਅਸੀਂ ਦੇ ਰਹੇ ਹਾਂ, ਤਾਂ ਵੀਜ਼ਾ ਕਿੱਦਾਂ ਲੱਗੇਗਾ। ਇੱਕ ਪਾਸੇ ਅਸੀਂ ਆਪਣੇ ਆਪ ਨੂੰ ਦਿਖਾ ਰਹੇ ਹਾਂ ਕਿ ਆਪਾਂ ਫਾਈਨੈਂਸ਼ਲੀ ਵਧੀਆ ਹੈਗੇ ਹਾਂ, ਪੈਸੇ ਬਾਲੇ ਹੈਗੇ ਆ, ਹੈ ਨਾ, CA ਰਿਪੋਰਟ ਵਿੱਚ ਕੁਛ ਹੋਰ ਦਿਖਾ ਰਹੇ ਹਾਂ, ਵੈਲਿਊਏਸ਼ਨ ਰਿਪੋਰਟ 'ਚ ਕੁਛ ਹੋਰ ਦਿਖਾ ਰਹੇ ਹਾਂ, ਪਰ ਪੈਸਾ ਖਰਚਣ ਦੀ ਗੱਲ ਜਦੋਂ ਆ ਰਹੀ ਹੈ ਤਾਂ ਨਹੀਂ ਜੀ ਜਨਮ ਦਿਨ ਮਨਾਉਣ ਲਈ ਉਹਦੇ ਘਰੇ ਜਾ ਰਹੇ ਹਾਂ, ਸੋ ਇਹ ਝੂਠ ਹੈਗਾ। ਸੋ ਇਹ ਗੱਲਾਂ ਦਾ ਖਾਸ ਕਰਕੇ ਖਿਆਲ ਰੱਖਣ ਦੀ ਲੋੜ ਹੈਗੀ ਹੈ। ਹੁਣ ਗੱਲ ਕਰਦੇ ਹਾਂ ਇਹ ਟੂਰਿਸਟ ਵੀਜ਼ਾ, ਅਕਸਰ ਕਹਿਣ ਨੂੰ ਸੁਣਨ ਨੂੰ ਮਿਲਦਾ ਕਿ ਸਰ ਟੂਰਿਸਟ ਵੀਜ਼ਾ ਉਹ ਬੰਦੇ ਦਾ ਕਿੱਦਾਂ ਲੱਗ ਗਿਆ, ਉਹਦਾ 4 ਵਾਰ ਰਿਫਿਊਜ਼ ਸੀ, ਸਰ ਟੂਰਿਸਟ ਵੀਜ਼ਾ ਕਿਸ ਤਰ੍ਹਾਂ ਲੱਗ ਗਿਆ, ਇਹ ਕੋਈ ਜਾਦੂ, ਕੋਈ ਟੂਣਾ, ਕੱਖ ਨਹੀਂ ਹੈਗਾ, ਇਹ ਬੜਾ ਈਜ਼ੀ ਪ੍ਰੋਸੀਜਰ ਹੈਗਾ ਜਿਹੜੀ ਗੱਲਾਂ ਦਾ ਮੈਂ ਤੁਹਾਨੂੰ ਦੱਸਣ ਜਾ ਰਿਹਾ। ਕਦੀ ਵੀ ਕੋਈ ਵੀ ਕੰਟਰੀ ਵਿੱਚ ਤੁਸੀਂ ਅਪਲਾਈ ਕਰਦੇ ਹੋ ਨਾ, ਅਕਸਰ ਦੇਖਣ ਨੂੰ ਮਿਲਦਾ ਕਿ ਲੋਕ ਡੰਮੀ ਹੋਟਲਸ ਪ੍ਰੈਫਰ ਕਰਦੇ ਆ, ਡੰਮੀ ਹੋਟਲਸ ਨਾ ਲਗਾਓ। ਡੰਮੀ ਹੋਟਲ ਲਾਉਣ ਨਾਲ ਤਾਂ ਨਾ ਜਾਣਾ ਜਾਂ ਨਾ ਅਪਲਾਈ ਕਰਨਾ ਬੈਟਰ ਹੁੰਦਾ। ਹੋਟਲ ਜਾਂ ਹੋਲੀਡੇ ਪੈਕੇਜ ਦੇ ਵਿੱਚ ਤੁਸੀਂ ਅਪਲਾਈ ਕਰਦੇ ਹੋ ਤਾਂ ਵੀਜ਼ਾ ਲੱਗਣ ਦੀ ਰੇਸ਼ੋ ਜ਼ਿਆਦਾ ਕਿਉਂ ਹੁੰਦੀ? ਕਿਉਂਕਿ ਉਹਦੇ ਪਿੱਛੇ ਇੱਕ ਆਈਟਨਰੀਜ਼ ਹੁੰਦੀ ਕਿ ਜੋ ਜਾਣ ਦਾ ਮਕਸਦ ਕੀ ਹੈ, ਜਾ ਕੇ ਕਿੱਥੇ ਰਹਿਣਾ, ਕੀ ਪ੍ਰੋਸੈਸ ਹੈ, ਕੀ ਪ੍ਰੋਗਰਾਮ ਹੈ। ਇਹ ਕਾਫੀ ਚੀਜ਼ਾਂ ਹੈਗੀਆਂ ਜਿਹੜੀ ਟੂਰਿਸਟ ਵਿਸਤੇ ਕਾਮਯਾਬ ਹੁੰਦੀਆਂ। ਵੀਜ਼ਾ ਰਿਫਿਊਜ਼ਲ ਸਾਡੀਆਂ ਵੀ ਹੁੰਦੀਆਂ, ਅਸੀਂ ਕੋਈ ਜਾਦੂ ਟੂਣਾ ਨਹੀਂ ਕਰਦੇ, ਕਿਉਂਕਿ ਅਸੀਂ ਇੱਕ ਸਿੰਪਲ ਜੀ ਚੀਜ਼ ਨੂੰ ਫੋਲੋ ਕਰਦੇ ਹਾਂ, ਜੋ ਉਹਦੇ ਕਾਨੂੰਨ ਕਹਿੰਦਾ ਹੈ ਉਸ ਕਾਨੂੰਨ ਨੂੰ ਫੋਲੋ ਕਰਦੇ ਹਾਂ, ਉਸ ਕਾਨੂੰਨ ਦੇ ਮੁਤਾਬਿਕ ਚੱਲਦੇ ਹਾਂ ਤਾਂ ਕਿ ਸਾਨੂੰ ਵੀਜ਼ਾ ਲੱਗਣ ਦੀ ਰੇਸ਼ੋ ਹੋਏ। ਇਹ ਇੱਕ ਸਿੰਪਲ ਜੀ ਐਗਜ਼ਾਮਪਲ ਮੈਂ ਹਰ ਬੰਦੇ ਨੂੰ ਦਿੰਦਾ ਕਿ ਆਪਾਂ ਇੱਕ ਕਾਰ ਚਲਾਉਣੀ ਹੋਏ, ਕਾਰ ਚਲਾਉਣ ਲਈ ਆਪਾਂ ਪਹਿਲਾਂ ਸੈਲਫ ਮਾਰਦੇ ਹਾਂ ਕਿ ਪਹਿਲਾਂ ਨਿਊਟਰਲ ਚੈੱਕ ਕਰਦੇ ਹਾਂ। ਜੇ ਨਿਊਟਰਲ ਚੈੱਕ ਕੀਤੇ ਬਿਨਾਂ ਤੁਸੀਂ ਸੈਲਫ ਦਬਾ ਦੋਗੇ ਤਾਂ ਝਟਕਾ ਮਾਰ ਕੇ ਗੱਡੀ ਉੱਥੇ ਰੁਕ ਜਾਏਗੀ, ਅੱਗੇ ਗੱਡੀ ਨਹੀਂ ਚੱਲੇਗੀ। ਸੋ ਉਹਦਾ ਪ੍ਰਿੰਸੀਪਲ ਹੈ, ਉਸ ਪ੍ਰਿੰਸੀਪਲ ਨੂੰ ਅਗਰ ਤੁਸੀਂ ਅਪਣਾਉਂਦੇ ਹੋ, ਜਿਹਨੂੰ ਕਹਿੰਦੇ ਆ ਕਿ ਇੱਕ ਨਿਯਮ ਬਣਿਆ ਹੋਇਆ, ਉਹ ਨਿਯਮ ਦਾ ਕੀ ਹੈ, ਤੁਸੀਂ ਪਹਿਲੇ ਗੱਡੀ 'ਚ ਬੈਠਦੇ ਹੋ, ਗੱਡੀ ਸਟਾਰਟ ਕਰਨ ਤੋਂ ਪਹਿਲਾਂ ਨਿਊਟਰਲ ਚੈੱਕ ਕਰਦੇ ਹੋ, ਫਿਰ ਗੱਡੀ ਸਟਾਰਟ ਕਰਦੇ ਹੋ, ਫਿਰ ਪਹਿਲੀ ਵਾਰੀ ਤੁਸੀਂ ਰਿਵਰਸ ਗੇਅਰ ਜਾਂ ਤੀਜਾ ਗੇਅਰ ਪਾ ਰਹੇ ਹੋ ਤਾਂ ਪਹਿਲਾਂ ਹੌਲੀ ਹੌਲੀ ਕਰਕੇ ਛੱਡਦੇ ਹੋ।
चीज टूरिस्ट वीजा दे विच हुंदी है, इवन इमीग्रेशन दे सारी चीजा दे विच, कि कोई भी चीज अग्रेसिव होके कि किसी एक एजेंट तो वीजा रिफ्यूज होया। और अक्सर मैं एक गल होर दसना चाह रहा जो मेजर चीजा मैनू मेरे एक्सपीरियंस विच मैनू मैं नोट कीतियां कि जदों भी असीं टूरिस्ट वीजा अप्लाई करते हैं असी टूरिस्ट वीजे का फॉर्म है अक्सर जो बंदे मेरे को रिफ्यूज आते हैं क्योंकि असं रिफ्यूज का काफ़ी केसिस मैं हैंडल करे है। रिफ्यूज के असं की देखते हैं कि अगले पुछते हैं सर रिफ्यूजल का की रीजन से या तुम वह फॉर्म भरया होगा ना वो कॉपी हैगी नहीं सर वह तो मैं ले ही नहीं वह तो मैं जमा ही कराती। कोई भी चीज़ जल्दबाजी करोगे तो तुम्हें नुकसान होएगा। असी वो फॉर्म के पता कोई गलतियां हो ठीक है उस गलतियां सुधारा कि जो थोड़े को फॉर्म नहीं है। सो मेरे को जब भी तुसी कोई अगर तुम लगता है कि टूरिस्ट वीजा की रिफ्यूजल हैगी है तो मैं एक रिक्वेस्ट करता हूँ हर बंदे को कि तुसी जो जो डॉक्यूमेंट उदो लाए सी उदी या तो फोटो कॉपी रखो आप दे कोल या उदी कॉपी उस ईमेल सेव करके रखो कि घट तो घट होए क्योंकि बाद विच तुहानू इहदी दिक्कत आ सकती है। क्योंकि पहला कई अक्सर देखते हैं कि कई पहला कहते जी मैं फार्मर हाँ 6 महीने 7 महीने बाद दोबारा लाते हैं तो जिस भी कंपनी के थ्रू लवा रहे दोबारा वो कह देंगे जी बिजनेसमैन है तीसरी बार दिखा देते कि पता नहीं कंपनी के मैं जॉब कर रहा तो अंबेसी अगे तुम झूठे बन देंगे हो। कभी भी टूरिस्ट वीजा अपलाई करना है कोशिश करया करो कि कितने जा रहे हो तो बारे जानकारी होनी चाहिए है। दूसरी गल कि जो फॉर्म भर रहे हो फॉर्म भरन से साइन करन तो पहला थोड़े को कॉपी या फोटो क्लिक करके रखो पर पता होना चाहिए कि तुम फॉर्म च भरवाया की है तो जानकारी नहीं हैगी कि फॉर्म च भरया की है। और सैकेंडली फास्टवे इमीग्रेशन हमेशा यह चीज़ करते आई है कि असी हमेशा साड़ी एड्स दे विच भी तुसी देख सकते हो कि फाइल आप जमा कराते हो और आप ही निकालते हो असी फाइल वीजे तो बाद कोई चार्ज नहीं करते। सो असी कहने कि जब जिहड़ी चीज़ तुहाडे डॉक्यूमेंट के नाल तुहानू वीजा मिल रहा है असी साडा काम फाइलिंग दा असी तुहानू फाइलिंग करके दे देनी है अपने मेहनत के पैसे खून पसीने के पैसे खराब ना करो। बेस्ट चीज़ हुंदी है कि थोड़ा टाइम कढ के साडे ऑफिस दे नंबर्स ते कॉल करके अपॉइंटमेंट सैट करके अपनी प्रोफाइल दे बारे च जरूर डिस्कस करन लई आओ। अगर चंगी लगेगी मैं तुहानू दस दांगा कि वीजा लगन दी रेशो किन्ने परसेंट हैगी लगनी भी है कि नहीं लगनी है। सिर्फ एक चीज सोच के दस सकते हैं बाकी वीजा अंबेसी अपनी मर्जी नाल दिंदी है। साडी जिहड़ी कोशिश है उसनू अपने तरीके नाल असीं मुकम्मल करदे हां कोई गलतियां होंदियां उहनू सुधार के दुबारा अपलाई कर सकते हैं। उहदे चक्कर विच आपां 25-25, 50-50 लाख रुपए लोगों नू दे के अपने पैसे क्यों खराब करिए ठीक है। सो इहदे विच काफ़ी चीज़ां हैगी है थोड़ा टाइम कढ के विजिट करो। अज एक पहला सैशन सी नवे साल से काफ़ी लोगों के सपने होंगे घूमन फिरन जाने परमात्मा तुहाडे सारे की मनोकामना पूरी करे। और अगर तुहानू वीडियो मैं लंबी वीडियो नहीं करना चाह रहा अज कि अगर तुहानू चंगी लगे तो इहनू शेयर करो वीरे अगर किसी को इस चीज़ का भला हो जाए किसी के भी। और एक गल होर दसना चाहवागा जे तुहाडा या किसी होर का वीजा ऑलरेडी रिफ्यूज है जिहड़ी जिहड़ी मैं गल्लां दा तुहानू गल कीती है वो डॉक्यूमेंटेशन लैके एक बार मिलन आओ आपां उहदी देखांगे कि कहड़ी गलतियां उहनू सुधार के दोबारा ला सकते हैं कि नहीं ला सकते और लगाने हैं तो वीजा सक्सैस रेट किन्ने परसेंट हो सकती है आपां उहदे बारे डिस्कस करांगे। कोई भी चीज़ होर तुहाडे माइंड में आती है तुसी कमेंट्स ते लिख सकते हो नैक्सट टाइम आपां वीडियो दे कर सकते नहीं तो तुसी मिलन लई आ सकते मैं परसनली मिल सकदा तुहानू। सो उहदे लिए अपॉइंटमेंट लैके विजिट करो अपने मेहनत के पैसे खराब ना करो। रिफ्यूज क्लाइंट भी साढ़े को आ सकते हैं रिफ्यूज क्लाइंट्स के अक्सर मैं देखा रिफ्यूज क्लाइंट तो लोग घबराते हैं मैंने कोई घबराहट नहीं है तुम विजिट करो। और ये हॉलीडे पैकेज के असी नॉर्मली लोग पहला पैसे खर्च करके कहते ना दुध का सड़िया छाछ में फूका मार के पी रहे हैं असं कहने वो नुकसान ना करो। अगर तुम्हें लगता मैं होटल बुकिंग हॉलीडे पैकेज की गल ना करना मेरे न मैं नहीं पैसे खर्चने सर तो कोई इशू नहीं है पहला अपनी फील्ड अपनी प्रोफाइल दिखाओ मैनू अगर मैं चंकी लगेगी मैं तुम्हें गाइड कर दाँगा होटल बुकिंग और हॉलीडे पैकेज के पैसे बाद भी दे सकते हो। सो ये अपने पैसे खराब ना करना जो चीज़ बैटर होएगी कोशिश करो जिहड़े जिहड़े भी डॉक्यूमेंट तुम पहला लाए से टूरिस्ट वीजा लई या विजिटर वीजा लई तुम वो लैके मेरे को विजिट करो ताकि मैं वो देख सकी है कि उहदे गलतियां होईयां होईयां सी जिहड़ियां दोबारा दोहराईयां ना जा सकन ताकि उहनू बैटर हो सके। सो हुण तक लिए थैंक यू और अच्छी लगे शेयर और लाइक करना भुल्यो ना ताकि किसी होर का फायदा हो जाए। नैक्सट वीडियोज़ आपां होर बनावांगे जिहदे विच असी वर्क परमिट बारे भी गाइड करांगे क्योंकि अक्सर वीडियोज़ विच आंदा है कि वर्क परमिट लगाने हैं यह हो रहा है। हुण अगली डिस्कशन जिहड़ी वर्क परमिट दी अज दी जिहड़ी वीडियो सी सिर्फ टूरिस्ट वीजा लई सी। सो टूरिस्ट लई मेरे ख्याल च मैं तो काफ़ी चीज़ा तो गाइड करती हैं कुछ भी चीज़ तो रही थोड़ा टाइम कट के विजिट करो तो इंतजार रहेगा।
थैंक यू।